ਅੱਜ ਆਪਾਂ ਬਣਾਵਾਂਗੇ ਹੇਅਰ ਮਾਸਕ, ਜੋ ਤੁਹਾਡੇ ਜਿਵੇਂ ਕਈਆਂ ਦੇ ਫ੍ਰੀਜ਼ੀ ਹੇਅਰਸ ਹੁੰਦੇ ਆ ਜਾਂ ਰਫ ਹੋ ਜਾਂਦੇ ਆ ਹੇਅਰਸ, ਉਹਨਾਂ ਲਈ ਆਪਾਂ ਹੇਅਰ ਐਲੋਵੇਰਾ ਹੇਅਰ ਮਾਸਕ ਬਣਾਵਾਂਗੇ। ਮੈਂ ਫਰੈਸ਼ ਐਲੋਵੇਰਾ ਲਿਆ, ਘਰ ਹੀ ਲੱਗਿਆ ਹੋਇਆ ਸੀ, ਉਸ ਨੂੰ ਤੋੜਿਆ ਮੈਂ ਉਸ 'ਚੋਂ। ਇਹਨੂੰ ਹੁਣ ਆਪਾਂ ਸਾਈਡਾਂ ਤੋਂ ਕੱਟ ਲਵਾਂਗੇ ਐਵੇਂ। ਜਿਹੜੀ ਐਲੋਵੇਰਾ ਵਿੱਚ ਜੈੱਲ ਹੈਗੀ ਆ, ਉਸਨੂੰ ਆਪਾਂ ਇੱਕ ਸਪੂਨ ਨਾਲ ਇਹ ਬਾਊਲ 'ਚ ਕੱਢ ਲਵਾਂਗੇ। ਚੰਗੀ ਤਰ੍ਹਾਂ ਸਾਰੀ ਐਲੋਵੇਰਾ ਤੁਸੀਂ ਇਹਦੇ 'ਚ ਲੈ ਲੈਣੀ ਆ। ਐਲੋਵੇਰਾ ਜੈੱਲ ਜਦੋਂ ਸਾਰੀ ਇਹਦੇ 'ਚ ਆ ਜੂਗੀ, ਆਪਾਂ ਇਹਨੂੰ ਫਿਰ ਕਰਨਾ ਗ੍ਰਾਇੰਡ। ਸਾਰੇ ਐਲੋਵੇਰਾ ਜੈੱਲ ਆਪਾਂ ਇਹ 'ਚ ਇੱਕ ਬਾਊਲ 'ਚ ਕੱਟ ਲਈਏ। ਹੁਣ ਇਹਨੂੰ ਆਪਾਂ ਕਰਾਂਗੇ ਗ੍ਰਾਇੰਡ। ਜਿਹੜੀ ਐਲੋਵੇਰਾ ਆਪਾਂ ਕੱਢੀ ਸੀ ਉਹਨੂੰ ਮੈਂ ਗ੍ਰਾਇੰਡ ਕਰ ਲਿਆ, ਇਸ ਤਰ੍ਹਾਂ ਇਹਨੂੰ ਲਿਕੁਇਡ ਬਣਾ ਲਿਆ। ਹੁਣ ਇਹਦੇ 'ਚ ਐਡ ਕਰਾਂਗੇ ਆਪਾਂ ਕੋਕੋਨਟ ਓਇਲ 1 ਟੇਬਲ ਸਪੂਨ। ਕੋਕੋਨਟ ਓਇਲ ਐਡ ਕਰਨ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਫਿਰ ਤੁਸੀਂ ਆਪਣੇ ਵਾਲਾਂ 'ਤੇ ਅਪਲਾਈ ਕਰਨਾ। ਹੁਣ ਤੁਸੀਂ ਇਸਨੂੰ ਸਕੈਲਪ ਤੋਂ ਲੈ ਕੇ ਚੰਗੀ ਤਰ੍ਹਾਂ ਆਪਣੇ ਹੇਅਰਸ 'ਤੇ ਅਪਲਾਈ ਕਰਨਾ। ਅਪਲਾਈ ਕਰਨ ਤੋਂ ਬਾਅਦ ਆਪਣੇ ਹੇਅਰਸ 1 ਆਰ ਰੱਖ ਕੇ ਫਿਰ ਇਸਨੂੰ ਵਾਸ਼ ਕਰਨਾ। ਫਿਰ ਇਹਦੇ ਰਿਜ਼ਲਟਸ ਦੇਖਿਓ ਐਂਡ ਮੈਨੂੰ ਦੱਸਿਓ ਜ਼ਰੂਰ ਕਮੈਂਟਸ 'ਚ ਕਿਵੇਂ ਦੇ ਰਿਜ਼ਲਟਸ ਲੱਗੇ ਤੁਹਾਨੂੰ। ਬਹੁਤ ਹੀ ਸਿੰਪਲ ਐਂਡ ਈਜ਼ੀ ਟ੍ਰਿਕ ਹੈਗੀ, ਕੁਛ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਹਾਨੂੰ ਇੱਕ ਐਲੋਵੇਰਾ ਚਾਹੀਦਾ ਅਤੇ ਐਂਡ ਕੋਕੋਨਟ ਓਇਲ। ਜ਼ਿਆਦਾ ਮਿਹਨਤ ਵੀ ਨਹੀਂ ਲੱਗਣੀ ਇਹਦੀ, ਈਜ਼ੀਲੀ ਕਰ ਸਕਦੇ ਹਾਂ ਆਪਾਂ ਐਂਡ ਜ਼ਿਆਦਾ ਕੋਸਟਲੀ ਵੀ ਨਹੀਂ ਹੈਗਾ, ਹੈ ਨਾ। ਚੰਗੀ ਤਰ੍ਹਾਂ ਤੁਸੀਂ ਆਪਣੇ ਹੇਅਰਸ 'ਤੇ ਅਪਲਾਈ ਕਰ ਲੈਣਾ ਐਂਡ 1 ਆਰ ਲਈ ਤੁਸੀਂ ਇਹਨੂੰ ਜ਼ਰੂਰ ਛੱਡਣਾ। 1 ਆਰ ਛੱਡ ਕੇ ਫਿਰ ਤੁਸੀਂ ਵਾਸ਼ ਕਰਨੇ ਆਪਣੇ ਹੇਅਰ ਐਂਡ ਫਿਰ ਦੇਖਿਓ ਰਿਜ਼ਲਟਸ ਕਿਵੇਂ ਮਿਲਦੇ ਤੁਹਾਨੂੰ। ਸਕੈਲਪ 'ਤੇ ਵੀ ਚੰਗੀ ਤਰ੍ਹਾਂ ਅਪਲਾਈ ਕਰਨਾ ਤੁਸੀਂ। ਮੈਂ ਵੀਡੀਓ 'ਚ ਜਸਟ ਤੁਹਾਨੂੰ ਇੰਨੇ ਹੀ ਦਿਖਾਊਂਗੀ, ਹੈ ਨਾ। ਤੁਸੀਂ ਚੰਗੀ ਤਰ੍ਹਾਂ ਆਪਣੀ ਸਕੈਲਪ 'ਤੇ ਅਪਲਾਈ ਕਰਕੇ ਐਂਡ ਲੈਂਥ 'ਤੇ ਵੀ ਅਪਲਾਈ ਕਰਨਾ।